ਸੁਪਰੀਮ ਕੋਰਟ ਨੇ ਹੁਣ ਕੀ ਕਹਿ ਆਰਾਮਦੇਵ ਨੂੰ ਕਿ ਬੰਦ ਕਰ ਦਿਓ ਆ ਹਰਕਤਾਂ ਬੰਦ ਕਰ ਦਿਓ ਇਹ ਐਡਵਰਟਾਈਜ਼ਮੈਂਟਸ ਨਹੀਂ ਤਾਂ ਪਰ ਪ੍ਰੋਡਕਟ 1 ਕਰੋੜ ਰੁਪਏ ਦਾ ਜੁਰਮਾਨਾ ਲਾਵਾਂਗੇ ਅਸੀਂ ਤੁਹਾਨੂੰ ਆਰਾਮਦੇਵ ਦੀਆਂ ਲਗਭਗ 21 ਸਿੱਧੇ ਤੌਰ ਦੇ ਉੱਤੇ ਐਸੀਆਂ ਵੀਡੀਓ ਸੀਗੀਆਂ ਜੀ ਜਿਹਦੇ ਤੋਂ ਡਾਕਟਰਸ ਨੂੰ ਪ੍ਰੋਬਲਮ ਸੀਗੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਗੱਲ ਕਹੀ ਕਿ ਆਰਾਮਦੇਵ ਦੀ ਕੰਪਨੀ ਆਪਦੀਆਂ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਔਰ ਉਹ ਡਾਕਟਰਾਂ ਨੂੰ ਬਦਨਾਮ ਕਰ ਰਹੀ ਹੈ ਐਲੋਪੈਥੀ ਨੂੰ ਬਦਨਾਮ ਕਰ ਰਹੀ ਹੈ ਔਰ ਇਹਦੇ ਨਾਲ ਹੀ ਨਾਲ ਇਹ ਦਾਵਾ ਕਰ ਰਹੀ ਹੈ ਕਿ ਸਾਡੀਆਂ ਦਵਾਈਆਂ ਬਿਮਾਰੀਆਂ ਨੂੰ ਜੜੋ ਖਤਮ ਕਰ ਦਿੰਦੀ ਹੈ ਕੋਵਿਡ ਵੇਲੇ ਦੇ ਦਾਅਵੇ ਜਿਹੜੇ ਸੀ ਉਹਦੇ ਤੇ ਵੀ ਆਈਐਮਈ ਨੇ ਆਬਜੈਕਸ਼ਨ ਕੀਤਾ ਹੈ ਕਿ ਲੋਕਾਂ ਨੂੰ ਵੈਕਸੀਨੇਸ਼ਨ ਲਵਾਉਣ ਦੇ ਖਿਲਾਫ ਆਮ ਦੇ ਵਿਪਕਤਦਾ ਰਿਹਾ ਹੁਣ ਵੱਡਾ ਸਵਾਲ ਹੈ ਕਿ ਇਹੀ ਗੱਲ ਜੇ ਕਿਸੇ ਹੋਰ ਨੇ ਕੀਤੀ ਹੁੰਦੀ ਦੇਸ਼ ਦੇ ਵਿੱਚ ਤਾਂ ਕੀ ਉਹਦੇ ਤੇ ਕਾਰਵਾਈ ਨਾ ਹੁੰਦੀ ਇਹ ਆਪਣੇ ਆਪ ਚ ਬਹੁਤ ਵੱਡਾ ਸਵਾਲ ਹੈ। ਤੁਹਾਨੂੰ ਜਿਹੜੀ ਐਡਵਰਟਾਈਜ਼ਮੈਂਟ ਹੈ ਨਾ ਸਭ ਤੋਂ ਵੱਡਾ ਭਲੇਖਾ ਐਡਵਰਟਾਈਜ਼ਮੈਂਟ ਪਾ ਕੇ ਤੁਹਾਡਾ ਜੀਵਨ ਖਰਾਬ ਕਰ ਰਹੀ ਹੈ। ਅਜੇ ਦੇਵਗਨ, ਸ਼ਾਹਰੂਖ ਖਾਨ ਜੀ ਤੇ ਅਕਸ਼ੇ ਕੁਮਾਰ। ਵਿਮਲ ਵਿਮਲ ਹਾਂ। ਵਿਮਲ ਕੀ ਇਹ ਵਿਮਲ ਖਾਂ 24 ਘੰਟੇ ਵਿਮਲ ਖਾਂਦੇ ਆ ਨਹੀਂ ਖਾਂਦੇ। ਇਹ ਅੱਖਾਂ ਦੀ ਦਵਾਈ ਆਉਂਦੀ ਹੈ ਇਹਨਾਂ ਦੀ। ਉਹ ਆਮ ਹੀ ਵਿਕਦੀ ਹੈ ਤੇ ਲੋਕ ਬਹੁਤ ਪਾਉਂਦੇ ਆ ਉਹ ਅੱਖਾਂ 'ਚ ਮੈਡੀਕਲ ਪ੍ਰੈਕটিশਨਰਸ ਨੇ ਤੇ ਜਿਹੜੇ ਅੱਖਾਂ ਦੇ ਮਾਹਰ ਡਾਕਟਰ ਨੇ ਉਹ ਬਹੁਤ ਸਟ੍ਰੈਕਟਲੀ ਵਰਜਦੇ ਆ ਵੀ ਤੁਸੀਂ ਆਪਦੀ ਅੱਖਾਂ ਖਰਾਬ ਕਰ ਲੋਗੇ ਜੇ ਪਾਉਂਗੇ ਜਿਹੜੇ ਡਾਕਟਰਸ ਨੇ ਉਹਨਾਂ ਦੀ ਰਿਸਪੈਕਟ ਕਰੋ ਇਸ ਕੰਮ 'ਚ ਨਾ ਪੋ ਵੀ ਤੁਸੀਂ ਛੱਡ ਦਿਓ ਮੈਂ ਅਸੀਂ ਤੁਹਾਨੂੰ ਡਾਕਟਰ ਦੇ ਜਾਣਾ ਛਡਾ ਦੇਾਂਗੇ ਕੋਈ ਕਿੰਨਾ ਮੈਂ ਕੈਂਸਰ ਠੀਕ ਕਰ ਦੂੰ ਤੁਸੀਂ ਦੇਖ ਰਹੇ ਹੋ ਐਸਐਮਟੀਵੀ ਮੈਂ ਹੈਪੀ ਪਾਕ ਤਾਂ ਹਮੇਸ਼ਾ ਜਿਹਾ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਮਰਨ ਜੋਤ ਮੱਕੜ ਮੱਕੜ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੇਰਲਾ ਸਰਕਾਰ ਤੇ ਬਾਬਾ RAM ਦੇਵ ਹੋਣਾ ਦਾ ਕੀ ਮੈਟਰ ਹੈ ਜੀ ਬੜਾ ਠਾ ਸੋਟਾ ਜਿਹਾ ਸਵਾਲ ਮਾਰਿਆ ਤੁਸੀਂ ਕਿ ਮੈਟਰ ਕੀ ਹੈ ਮੈਟਰ ਬਹੁਤ ਸਿੱਧਾ ਹੈ ਕਿ ਪਤੰਜਲੀ ਜਿਹੜੀ ਲੰਬੇ ਸਮੇਂ ਤੋਂ ਕਰੋੜਾਂ ਰੁਪਏ ਦਾ ਵਪਾਰ ਦੇਸ਼ ਦੇ ਵਿੱਚ ਆਯੁਰਵੇਦ ਦੇ ਨਾਂ ਤੇ ਕਰ ਰਹੀ ਹੈ ਜੀ ਉਹ ਐਸੀਆਂ ਐਡਵਰਟਾਈਜ਼ਮੈਂਟਸ ਪਤੰਜਲੀ ਵੱਲੋਂ ਆ ਰਹੀਆਂ ਜਿਹੜੀਆਂ ਕਿ ਜਿਹੜੀ ਐਲੋਪੈਥੀ ਮੈਡੀਸਨ ਹੈ ਜਿਹੜੀ ਆਮ ਆਪਾਂ ਦਵਾਈ ਐਲੋਪੈਥੀ ਦੀ ਲੈਨੇ ਆ। ਜੀ। ਉਹਦੇ ਖਿਲਾਫ ਓਬਜੈਕਸ਼ਨੇਬਲ ਐਡਵਰਟਾਈਜ਼ਮੈਂਟਸ ਹੁੰਦੀਆਂ ਜਿਦੇ ਚ ਇੱਥੋਂ ਤੱਕ ਇਹ ਕਿਹਾ ਗਿਆ ਵੀ ਜੇ ਐਲੋਪੈਥੀ ਬੰਦਿਆਂ ਨੂੰ ਠੀਕ ਕਰ ਦਿੰਦੀ ਤਾਂ ਜਿਹੜੇ ਡਾਕਟਰ ਇਹ ਦਵਾਈਆਂ ਲੈਂਦੇ ਆ ਫਿਰ ਉਹ ਆਪ ਕਿਉਂ ਮਰ ਜਾਂਦੇ ਆ। ਹਮ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨੇ ਔਰ RAMDEV ਦੀਆਂ ਦਵਾਈਆਂ ਪਤੰਜਲੀ ਦੀਆਂ ਜਿਹੜੀਆਂ ਦਵਾਈਆਂ ਨੇ ਉਹਦੇ ਚ ਕਿਹਾ ਗਿਆ ਕਿ ਬਿਮਾਰੀ ਨੂੰ ਅਸੀਂ ਜੜ ਤੋਂ ਮੁਕਾ ਦਿੰਨੇ ਆ। ਹਮ ਤਾ ਇੱਕ ਇੱਕ ਕਰਕੇ ਮੈਂ ਇਹਦੇ ਬਾਰੇ ਗੱਲ ਕਰਨੀ ਚਾਹੂੰਗਾ ਕਿ ਜਿਹੜੇ ਬਾਬੂ ਕੇਵੀ ਨੇ ਡਾਕਟਰ ਬਾਬੂ ਕੇਵੀ ਜੀ ਇਹ ਆਰਟੀਆਈ ਐਕਟੀਵਿਸਟ ਨੇ ਕੇਰਲਾ ਤੋਂ ਜੀ ਇਹ ਲਗਾਤਾਰ ਇਹ ਪਤੰਜਲੀ ਦੀ ਆ ਇਹਨਾਂ ਐਡਵਰਟਾਈਜ਼ਮੈਂਟਸ ਔਰ ਪਤੰਜਲੀ ਦੇ ਇਹਨਾਂ ਦਾਅਵਿਆਂ ਦੇ ਖਿਲਾਫ ਲੜਾਈ ਲੜਦੇ ਆ ਰਹੇ ਸੀ ਹੂੰ ਤਾਂ ਕੇਰਲਾ ਗਵਰਨਮੈਂਟ ਨੇ ਹੁਣ ਇਹਦਾ ਫੈਸਲਾ ਕੀਤਾ ਹੈ ਕਿ ਇੱਕ 1954 ਦਾ ਡਰੱਗਸ ਐਂਡ ਮੈਜਿਕ ਰੈਮਡੀਜ਼ ਐਕਟ ਆਬਜੈਕਸ਼ਨੇਬਲ ਐਡਵਰਟਾਈਜ਼ਮੈਂਟ ਐਕਟ ਹੈ ਇਹ ਜਿਹੜਾ ਜੀ ਉਹਦੇ ਤਹਿਤ ਉਹ ਐਕਟ ਕੀ ਕਹਿੰਦਾ ਹੈ ਕਿ ਤੁਸੀਂ ਇਹ ਦਾਵਾ ਨਹੀਂ ਕਰ ਸਕਦੇ ਕਿ ਕੁਝ ਬਿਮਾਰੀਆਂ ਦਾ ਜ਼ਿਕਰ ਉਹਦੇ ਵਿੱਚ ਕੀਤਾ ਗਿਆ ਹੈ ਇਹ ਬੇਸਿਕਲੀ ਦਵਾਈਆਂ ਨੂੰ ਲੈ ਕੇ ਬਣਾਇਆ ਗਿਆ ਸੀ ਇਹ ਕਿ ਤੁਸੀਂ ਜਿਵੇਂ ਬੀਪੀ ਸ਼ੂਗਰ ਇਹਨਾਂ ਨੂੰ ਲੈ ਕੇ ਦਾਵਾ ਨਹੀਂ ਕਰ ਸਕਦੇ ਕਿ ਤੁਹਾਡੀ ਦਵਾਈ ਇਹਨੂੰ ਜੜੋਂ ਮੁਕਾ ਦਿੰਦੀ ਹੈ ਜਾਂ ਖਤਮ ਕਰ ਦਿੰਦੀ ਹੈ ਜੀ ਲੇਕਿਨ ਬੜੀਆਂ ਧੱਜੀਆਂ ਉੱਡਦੀਆਂ ਇਸ ਸੈਕਟਰ ਦੀਆਂ ਇਹਦੀ ਸ਼ਿਕਾਇਤ ਨਹੀਂ ਹੁੰਦੀ ਆਪਾਂ ਪੰਜਾਬ 'ਚ ਵੀ ਬੜੇ ਵਾਰੀ ਦੇਖਿਆ ਕਈ ਜਿਹੜੇ ਆਯੁਰਵੇਦ ਦੇ ਨਾਲ ਸੰਬੰਧਤ ਕੁਸ਼ਵਾਇਦ ਨੇ ਜਾਂ ਜਿਹੜੇ ਆਮ ਵੀ ਦੇਸੀ ਵੈਦ ਨੇ ਆ ਥੋੜੇ ਸਮੇਂ ਤੱਕ ਜਿਆਦਾ ਹੀ ਵਧਿਆ ਕੰਮ ਜਿਆਦਾ ਵਧਿਆ ਉਹ ਆਮ ਹੀ ਕਹਿ ਦਿੰਦੇ ਆ ਕਿ ਅਸੀਂ ਜੜੋਂ ਖਤਮ ਕਰ ਦਿੰਨੇ ਕਈਆਂ ਨੇ ਤਾਂ ਕੈਂਸਰ ਤੱਕ ਦਾ ਵੀ ਦਾਵਾ ਕਰਤਾ ਕਿ ਅਸੀਂ ਸਾਡੀ ਦਵਾਈ ਨਾਲ ਜੜੋਂ ਖਤਮ ਹੋ ਜਾਂਦਾ ਪਰ ਉਹਦਾ ਕੋਈ ਪ੍ਰਮਾਣ ਨਹੀਂ ਹੈ ਹੱਲੇ ਤੱਕ ਤਾਂ RAMDEV ਦੀਆਂ ਲਗਭਗ 21 ਸਿੱਧੇ ਤੌਰ ਦੇ ਉੱਤੇ ਐਸੀਆਂ ਵੀਡੀਓ ਸੀਗੀਆਂ ਜੀ ਜਿਹਦੇ ਤੋਂ ਡਾਕਟਰਸ ਨੂੰ ਪ੍ਰੋਬਲਮ ਸੀਗੀ ਔਰ ਇਹਦਾ ਇੱਕ ਪਾਸੇ ਤਾਂ ਇਹ ਚੱਲ ਰਿਹਾ ਸੀਗਾ ਕੇਰਲਾ ਸਰਕਾਰ ਬੜੀ ਦੇਰ ਤੋਂ ਇਹ ਪਲਾਨ ਕਰ ਰਹੀ ਸੀ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਕ ਪਲੀ ਪਾਈ ਸੀ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਹੈ ਜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹ ਗੱਲ ਕਹੀ ਕਿ RAMDEV ਦੀ ਕੰਪਨੀ ਆਪਦੀਆਂ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਔਰ ਉਹ ਡਾਕਟਰਾਂ ਨੂੰ ਬਦਨਾਮ ਕਰ ਰਹੀ ਹੈ ਐਲੋਪੈਥੀ ਨੂੰ ਬਦਨਾਮ ਕਰ ਰਹੀ ਹੈ ਔਰ ਇਹਦੇ ਨਾਲ ਹੀ ਨਾਲ ਇਹ ਦਾਵਾ ਕਰ ਰਹੀ ਹੈ ਕਿ ਸਾਡੀਆਂ ਦਵਾਈਆਂ ਬਿਮਾਰੀਆਂ ਨੂੰ ਜੜੋ ਖਤਮ ਕਰ ਦਿੰਦੀਆਂ ਜੀ ਜਦਕਿ ਐਲੋਪੈਥੀ ਨੇ ਅਜੇ ਤੱਕ ਇਹੋ ਜਿਹਾ ਸਿੱਧਾ ਦਾਵਾ ਕਦੇ ਨਹੀਂ ਕੀਤਾ ਕਿ ਅਸੀਂ ਬਿਮਾਰੀ ਨੂੰ ਜੜੋ ਮੁਕਾਈ ਦਿੰਨੇ ਆ ਜਿਵੇਂ ਬਲੱਡ ਪ੍ਰੈਸ਼ਰ 슈ਗਰ ਜਿਹੜੀਆਂ ਡਾਇਬਟੀਜ਼ ਐ ਇਹਦੀਆਂ ਦਵਾਈਆਂ ਆਪਾਂ ਲੈਣੇ ਆ ਤੇ ਲੈਨੇ ਰਹਿੰਦੇ ਆ ਸਾਰੀ ਉਮਰ ਹਾਂ ਜੀ ਜਦ ਕਿ RAMDEV ਦੀਆਂ ਖੁੱਦੀਆਂ ਵੀਡੀਓਜ਼ ਤੇ ਉਹਦੀਆਂ ਐਡਵਰਟਾਈਜ਼ਮੈਂਟਸ ਦੇ ਦਾਵਾ ਕਰਦੀਆਂ ਆਈਆਂ ਇਹਦੇ ਨਾਲ ਹੀ ਨਾਲ ਕੋਵਿਡ ਵੇਲੇ ਦੇ ਦਾਵੇ ਜਿਹੜੇ ਸੀ ਉਹਦੇ ਤੇ ਵੀ IMEA ਨੇ ਆਬਜੈਕਸ਼ਨ ਕੀਤਾ ਹੈ ਕਿ ਲੋਕਾਂ ਨੂੰ ਵੈਕਸੀਨੇਸ਼ਨ ਲਵਾਉਣ ਦੇ ਖਿਲਾਫ RAMDEV ਵਿਪੁਕਤਦਾ ਰਿਹਾ ਹੂੰ ਉਹਦੀ ਕੰਪਨੀ ਇਹ ਕਹਿੰਦੀ ਰਹੀ ਹੈ ਵੀ ਸਾਡੀ ਆਹ ਚੀਜ਼ਾਂ ਕਰ ਲੋ ਵੈਕਸੀਨੇਸ਼ਨ ਤੱਕ ਦੀ ਲੋੜ ਨਹੀਂ ਔਰ ਇਹ ਦੇਸ਼ ਦੇ ਵਿੱਚ ਇੱਕ ਬੜੀ ਕੁਐਸਚਨੇਬਲ ਗੱਲ ਕਰਦੇ ਰਹੇ ਆ ਜੀ ਹੁਣ ਵੱਡਾ ਸਵਾਲ ਹੈ ਕਿ ਇਹੀ ਗੱਲ ਜੇ ਕਿਸੇ ਹੋਰ ਨੇ ਕੀਤੀ ਹੁੰਦੀ ਦੇਸ਼ ਦੇ ਵਿੱਚ ਤਾਂ ਕੀ ਉਹਦੇ ਤੇ ਕਾਰਵਾਈ ਨਾ ਹੁੰਦੀ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਜੀ RAMDEB ਨੇ ਇਹਦਾ ਜਦੋਂ ਸੁਪਰੀਮ ਕੋਰਟ ਚ ਹਾਲੇ 2 ਦਿਨ ਪਹਿਲਾਂ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਹੁਣ ਕੀ ਕਹਿ ਆ RAMDEB ਨੂੰ ਕਿ ਬੰਦ ਕਰ ਦਿਓ ਆ ਹਰਕਤਾਂ ਬੰਦ ਕਰ ਦਿਓ ਇਹ ਐਡਵਰਟਾਈਜ਼ਮੈਂਟਸ ਨਹੀਂ ਤਾਂ ਪਰ ਪ੍ਰੋਡਕਟ 1 ਕਰੋੜ ਰੁਪਏ ਦਾ ਜੁਰਮਾਨਾ ਲਾਵਾਂਗੇ ਅਸੀਂ ਤੁਹਾਨੂੰ ਹੂੰ ਸਿੱਧੀ ਤਾੜਨਾ ਦਿੱਤੀ ਹੈ ਜੀ ਹੁਣ RAMRAHEEM ਦਾ ਮਾਫ ਕਰਨਾ RAMRAHEEM ਵੀ ਅੱਜਕੱਲ੍ਹ ਚੱਲ ਰਿਹਾ ਆ ਰਾਮਦੇਵ ਚਰਚਾ ਦੋਨਾਂ ਦੀ ਹੈ ਬਾਹਲੀ ਚਰਚਾ ਹੈ ਜੀ ਹੈ ਦੋਵੇਂ ਹੀ ਇੱਕੋ ਪਿਓ ਦੇ ਪੁੱਤ ਉਹ ਅੰਦਰੋਂ ਬਾਹਰ ਆ ਅੱਡ ਅੱਡ ਨਹੀਂ ਜੀ ਇਹ ਮਸਲਾ ਇਹ ਹੈ ਕਿ ਇਹਦੇ ਉੱਤੇ ਵੀ ਆ ਰਾਮਦੇਵ ਨੇ ਫਿਰ ਇਹਦਾ ਜਵਾਬ ਜਿਹੜਾ ਉਹ ਦਾ ਟੈਲੀਗ੍ਰਾਫ 'ਚ ਛਪਿਆ ਹੈ ਜਿਹੜਾ ਮੈਂ ਟੈਲੀਗ੍ਰਾਫ ਦੇ ਹਵਾਲੇ ਨਾਲੇ ਗੱਲ ਕਰ ਰਿਹਾ ਹਾਂ ਉਹਨੇ ਕਿਹਾ ਕਿ ਮੈਂ ਜੋ ਦਾਵਾ ਕੀਤਾ ਅਸੀਂ ਕਰ ਰਹੇ ਹਾਂ ਇਹ ਝੂਠ ਨਹੀਂ ਹੈ ਔਰ ਆਯੁਰਵੇਦ ਦੇ ਨਾਲ ਵਾਕਿਆ ਹੀ ਇਹ ਬਿਮਾਰੀਆਂ ਜਿਹੜੀਆਂ ਇਹ ਬਿਲਕੁਲ ਅਸੀਮ ਜੜ ਤੋਂ ਮਕਾ ਦਿੰਨੇ ਆ ਔਰ ਖਤਮ ਕਰ ਦਿੰਨੇ ਆ ਤੇ ਜੇ ਮੈਂ ਜ਼ਿੰਮੇਦਾਰ ਆ ਜੇ ਮਤਲਬ ਮੈਂ ਮਰਨ ਨੂੰ ਤਿਆਰ ਆ ਇਸ ਗੱਲ ਪਿੱਛੇ ਜੇ ਅਸੀਂ ਕੋਈ ਝੂਠ ਬੋਲਿਆ ਹੋਵੇ ਤਾਂ ਫਿਰ ਉਹ ਬਹੁਤ ਸੋਹਣਾ ਉਹਨਾਂ ਨੇ ਨਾਲ ਇਹ ਵੀ ਕੋਟ ਕਰਕੇ ਪ੍ਰਿੰਟ ਚ ਲਿਖਿਆ ਹੋਇਆ ਸੀ ਵੀ ਇਹ ਬਿਆਨ ਮਰਨ ਨੂੰ ਤਿਆਰ ਵਾਲਾ ਉਸ ਬੰਦੇ ਨੇ ਦਿੱਤਾ ਹੈ ਜਿਹੜਾ ਇੱਕ ਵਾਰੀ ਦਿੱਲੀ ਧਰਨੇ ਦੇ ਵਿੱਚ ਬੁੜੀਆਂ ਦੇ ਕੱਪੜੇ ਪਾ ਕੇ ਪਾਟਿਆ ਸੀਗਾ ਇਹ ਲਿਖਿਆ ਹੈ ਉਹ ਕਿਆਦਾ ਟੈਲੀਗ੍ਰਾਫ ਦੇ ਤੁਸੀਂ ਆਰਟੀਕਲ ਪੜ੍ਹੋਗੇ ਜਿਹੜਾ ਕੇਰਲ ਦੀ ਸਰਕਾਰ ਦੇ ਨਾਲ ਸਬੰਧਤ ਆਰਟੀਕਲ ਉਹ ਗੂਗਲ ਦੇ ਉੱਤੇ ਪਿਆ ਤੁਸੀਂ ਪੜ੍ਹ ਸਕਦੇ ਹੋ ਜਾ ਕੇ ਸੋ ਹੁਣ ਗੱਲ ਇਹ ਹੈ ਕਿ ਇਸ 'ਚ ਕੋਈ ਦੋ ਰਾਏ ਨਹੀਂ ਇਹ ਪਹਿਲਾਂ ਵੀ ਹੁੰਦਾ ਆਇਆ ਹੁਣ ਵੀ ਹੋ ਰਿਹਾ ਹੈ ਬਹੁਤ ਸਾਰੀਆਂ ਮਿਸਲੀਡਿੰਗ ਐਡਵਰਟਾਈਜ਼ਮੈਂਟਸ ਆ ਜਾਂਦੀਆਂ ਔਰ ਜਿਹੜੀਆਂ ਖਾਸ ਤੌਰ ਤੇ ਦਵਾਈਆਂ ਦੇ ਨਾਲ ਸਬੰਧਤ ਜਾਂ ਤੁਹਾਡੀ ਸਿਹਤ ਦੇ ਨਾਲ ਸਬੰਧਤ ਨੇ ਜਿਵੇਂ ਇੱਕ ਅੱਖਾਂ ਦੀ ਦਵਾਈ ਆਉਂਦੀ ਹੈ ਇਹਨਾਂ ਦੀ ਜੀ ਉਹ ਆਮ ਹੀ ਵਿਕਦੀ ਹੈ ਤੇ ਲੋਕ ਬਹੁਤ ਪਾਉਂਦੇ ਆ ਉਹ ਅੱਖਾਂ 'ਚ ਹਮ ਅੱਖ ਪੂਰੀ ਐ ਪਾਣੀ ਕੱਢ ਦਿੰਦੀ ਆ ਫਿਰ ਉਹ ਕਹਿੰਦੇ ਮੈਲ ਨਿਕਲ ਗਈ ਆਪਣੀ ਆਮ ਭਾਸ਼ਾ ਚ ਹੈ ਤੇ ਜਦ ਕਿ ਜਿਹੜੇ ਮੈਡੀਕਲ ਪ੍ਰੈਕਟੀਸ਼ਨਰਸ ਨੇ ਤੇ ਜਿਹੜੇ ਅੱਖਾਂ ਦੇ ਮਾਹਰ ਡਾਕਟਰ ਨੇ ਉਹ ਬਹੁਤ ਸਟ੍ਰੈਕਟਲੀ ਵਰਜਦੇ ਆ ਵੀ ਤੁਸੀਂ ਆਪਦੀ ਅੱਖਾਂ ਖਰਾਬ ਕਰ ਲੋਗੇ ਜੇ ਪਾਉਂਗੇ ਤਾਂ ਜੀ ਜਦ ਕਿ ਉਹਦੋਂ ਉਲਟ ਜਿਹੜੇ ਲੋਕ ਆ ਉਹ ਇਹ ਸਮਝਦੇ ਆ ਆਪਾਂ ਆਮ ਤੁਰੇ ਜਾਂਦੇ ਹੀ ਮੰਗ ਲੈਨੇ ਆ ਔਰ ਇਹ ਦਵਾਈਆਂ ਜਿਹੜੀਆਂ ਜ਼ਿਆਦਾਤਰ ਇਹ ਸਟੋਰਸ ਦੇ ਉੱਤੇ ਬਿਨਾ ਕਿਸੇ ਡਾਕਟਰੀ ਪ੍ਰਿਸਕ੍ਰਿਪਸ਼ਨ ਤੋਂ ਅਵੇਲੇਬਲ ਨੇ ਤੇ ਉਹ ਲੋਕ ਚੱਕ ਲੈਂਦੇ ਆ ਵੀ ਯਾਰ ਅੱਛਾ ਹੋਣਾ ਸਿਆਲ ਆ ਗਿਆ ਗਲੋ ਪੀ ਲੋ ਆ ਹਾਲਾਂਕਿ ਇਹ ਇਹ ਮੈਂ ਨਹੀਂ ਕਹਿ ਰਿਹਾ ਗਲੋ ਪੀਣਾ ਕੋਈ ਮਾੜੀ ਗੱਲ ਹੈ ਮੈਂ ਐਗਜ਼ਾਮਪਲ ਦੇ ਰਿਹਾ ਵੀ ਆਪਣੇ ਆਮ ਇੱਕ ਪ੍ਰਚਲਿਤ ਧਾਰਨਾ ਵੀ ਬਣੀ ਹੁੰਦੀ ਤੇ ਉਹ ਪ੍ਰੋਡਕਟ ਦਰਅਸਲ ਤੁਹਾਨੂੰ ਜਿਹੜੀ ਐਡਵਰਟਾਈਜ਼ਮੈਂਟ ਹੈ ਨਾ ਸਭ ਤੋਂ ਵੱਡਾ ਭਲੇਖਾ ਐਡਵਰਟਾਈਜ਼ਮੈਂਟ ਪਾ ਕੇ ਤੁਹਾਡਾ ਜੀਵਨ ਖਰਾਬ ਕਰ ਰਹੀ ਹੈ ਭਾਵੇਂ ਉਹ ਪਤੰਜਲੀ ਦੇ ਨਾਲ ਸੰਬੰਧਿਤ ਹੋਵੇ ਭਾਵੇਂ ਦੂਜੀਆਂ ਹੋਣ ਜਿਵੇਂ ਇੱਕ ਵਾਰੀ ਮੈਂ ਇਹ ਗੱਲ ਪੜ੍ਹੀ ਸੀਗੀ ਕਿ ਸ਼ਾਹਰੂਖ ਖਾਨ ਜਿਹੜਾ ਉਹ ਸਾਬਣ ਦੀ ਐਡ ਕਰਦਾ ਹੈ ਕਿ ਅਸਲ ਜ਼ਿੰਦਗੀ ਸ਼ਾਹਰੂਖ ਖਾਨੋਂ ਸਾਬਣ ਵਰਤਦਾ ਹੈ ਹੂੰ ਨਹੀਂ ਵਰਤਦਾ ਹੁਣ ਨਹੀਂ ਵਰਤਦਾ ਹੁਣ ਹਨਾ ਆਪਾਂ ਨੂੰ ਇਹ ਆਮ ਆਮ ਹੀ ਗੱਲ ਹੈ ਜਿੰਨੇ ਪ੍ਰੋਡਕਟ ਨੇ ਜਿਹੜੀਆਂ ਐਡਵਰਟਾਈਜ਼ਮੈਂਟਸ ਆਉਂਦੀਆਂ ਤੁਸੀਂ ਉਹ ਨਿਗਾਹ ਮਾਰ ਕੇ ਦੇਖੋ ਕਿ ਅ ਅਜੇ ਦੇਵਗਨ ਹੂੰ ਸ਼ਾਹਰੂਖ ਖਾਨ ਜੀ ਤੇ ਅਕਸ਼ੇ ਕੁਮਾਰ ਇਹ ਉਹ ਖਾਂਦੇ ਆ ਜਿਹੜਾ ਗੁਟਕੜਿਆ ਕੀ ਉਹਦਾ ਨਾਮ ਹੈ ਹਰਜਨੀ ਗੰਦਾ ਹਰਜਨੀ ਗੰਦਾ ਰਜਨੀ ਗੰਦਾ ਦੀ ਐਡ ਹੈ ਵਿਮਲ ਦੀ ਹੈ ਵਿਮਲ ਵਿਮਲ ਹਾਂ ਵਿਮਲ ਕੀ ਇਹ ਵਿਮਲ ਖਾ 24 ਘੰਟੇ ਵਿਮਲ ਖਾਂਦੇ ਆ ਨਹੀਂ ਖਾਂਦੇ ਹਾਲਾਂਕਿ ਉਹ ਸਿਕਟਾਂ ਦਾ ਪਿੰਦੇ ਹੋਣੇ ਪਰ ਕੋਈ ਹੋਰ ਵੀ ਪਿੰਦੇ ਹੋਣੇ ਹਨ ਤਾਂ ਤੁਹਾਨੂੰ ਅਚਾ ਉਹ ਜਿਹੜੀ ਇਹ ਸਰੋਗੇਟ ਐਡ ਹੁੰਦੀ ਹੈ ਸਰੋਗੇਟ ਐਡ ਉਹ ਹੁੰਦੀ ਹੈ ਜਿੱਥੇ ਪ੍ਰੋਡਕਟ ਵੇਚਣਾ ਤਾਂ ਕੁਝ ਹੋਰ ਹੁੰਦਾ ਲੇਕਿਨ ਵਿੱਚ ਉਹ ਸੇਮ ਨਾਮ ਤੋਂ ਕੁਝ ਹੋਰ ਜਾਂਦਾ ਕਿਉਂਕਿ ਕੁਝ ਚੀਜ਼ਾਂ ਪ੍ਰਤੀਬੰਧਿਤ ਨੇ ਉਹ ਤੁਸੀਂ ਸ਼ਰਿਆਂ ਵਿੱਚ ਨਹੀਂ ਸਕਦੇ ਜਿਵੇਂ ਸ਼ਰਾਬ ਤੁਸੀਂ ਸ਼ਰੇਆਮ ਵੇਚ ਨਹੀਂ ਸਕਦੇ ਤਾਂ ਫਿਰ ਉਹਦੇ ਨਾਂ ਦੇ ਉੱਤੇ ਜਿਵੇਂ ਰਾਇਲ ਸਟੈਗ दारू ਹੈ ਤੇ ਰਾਇਲ ਸਟੈਗ ਦੇ ਨਾਂ ਤੇ ਸੀੜੀਆਂ ਕੱਢ ਦਿਓ ਹੂੰ ਇਹਨੂੰ ਸਰੋਗੇਟ ਐਡਵਰਟਾਈਜ਼ਮੈਂਟ ਕਹਿੰਦੇ ਆ ਜੀ ਕਰਮਾ ਵੀ ਬਣਾਉਣ ਲੱਗੇ ਛੋਟੀਆਂ ਛੋਟੀਆਂ ਹਨਾ ਉਹ ਰਾਇਲ ਸਟੈਗ ਦੇ ਨਾਂ ਤੇ ਹੋ ਗਿਆ ਉਵੇਂ ਸਿਮਿਲਰਲੀ ਇਹਨਾਂ ਨੇ ਬਾਬਾ ਬਾਬਾ ਕਹਿੰਦਾ ਜਿਹੜਾ ਵਿਮਲ ਇਲਾਇਚੀ ਕੱਢਤੀ ਹੂੰ ਤੇ ਹੁਣ ਉਹ ਇਹ ਕਹਿੰਦਾ ਸੀ ਵੀ ਅਕਸ਼ੇ ਕੁਮਾਰ ਦਾ ਬਿਆਨ ਆਇਆ ਸੀ ਵੀ ਮੈਂ ਤਾਂ ਇਹ ਐਡ ਨਹੀਂ ਕਰਦਾ ਤੁਸੀਂ ਇਹ ਦੇਖੋ ਕਿ ਇਹ ਇਹ ਜਿਹੜੇ ਸਾਡੇ ਸਟਾਰਸ ਨੇ ਇਹਨਾਂ ਦੇ کردار ਵੀ ਦੇਖੋ ਤੁਸੀਂ ਜੀ ਚਲੋ RAMDEV ਤੋਂ ਤਾਂ ਆਪਾਂ ਗੱਲ ਸ਼ੁਰੂ ਕੀਤੀ ਪਰ RAMDEV ਤਾਂ ਆਪਦਾ ਪ੍ਰੋਡਕਟ ਵੇਚਦਾ ਹੀ ਵੇਚਦਾ ਹੈ ਤੁਸੀਂ ਦੇਖੋ ਜਦੋਂ RAMDEV ਨੇ ਨੂਡਲ ਲਾਂਚ ਕਰਨੀ ਸੀ ਤਾਂ Maggi ਬੰਦ ਹੋ ਗਈ ਸੀ ਦੇਸ਼ 'ਚੋਂ ਹੂੰ ਯਾਦ ਹੈ ਤੁਹਾਡੇ ਜੀ ਜੀ Maggi ਬੰਦ ਹੀ ਕਰਤੀ ਸੀ ਮਹਿੰਗੀ ਬ੍ਰਾਂਡ ਜਿਹੜਾ ਸਾਰੇ ਦੇਸ਼ 'ਚ ਵਿਕਦਾ ਸੀ ਹੂੰ ਇਹਨੇ ਫਿਰ ਆਪਦਾ ਘੜਤੋ ਵੀ ਤੁਸੀਂ ਦੇਸੀ ਨੂਡਲ ਵਰਤੋ ਪਤੰਜਲੀ ਦੀ ਨੂਡਲ ਜਿਹੜੀ ਆਈ ਹੈ ਅਟੇ ਵਾਲੇ ਫਿਰ ਮੈਗੀ ਫਿਰ ਵਾਪਸ ਆ ਗਈ ਉਵੇਂ ਹੀ ਆ ਗਈ ਜਿਵੇਂ ਪਹਿਲਾਂ ਖਾਂਦੇ ਸੀ ਤਾਂ ਇਹ ਜਿਹੜਾ ਐਡਵਰਟਾਈਜ਼ਿੰਗ ਦਾ ਵਰਲਡ ਹੈ ਜਿਹੜਾ ਜਿਹੜਾ ਕਾਰਪੋਰੇਟ ਦਾ ਵਰਲਡ ਹੈ ਜੀ ਜਿਹੜਾ 24 ਘੰਟੇ ਤੁਹਾਡੇ ਦਿਮਾਗ 'ਚ ਬਿਠਾਉਂਦਾ ਕਿ ਵਾਹ ਤਾਜ ਤੁਸੀਂ ਇਹ ਮਹਿਸੂਸ ਕਰੀਐ ਨਿਓ ਚਾਹ ਪੀਂਦੇ ਹੋਏ ਵੀ ਮੈਂ ਵੀ ਕਿਸ਼ਤੀ 'ਚ ਬੈਠਾ ਤੇ ਤਾਜ ਮਹਿਲ ਦੇ ਕੋਲ ਹੁਣ ਤਾਂ ਮਤਲਬ ਪੰਜਾਬੀ ਜੀ ਆਪਾਂ ਕਹਿੰਦੇ ਇਹ ਕਹਿੰਦਾ ਠੰਡਾ ਮਤਲਬ ਦੂਜੇ ਦੇ ਮੂੰਹ 'ਚ ਨਿਕਲਦਾ ਕੋਕਾ ਕੋਲਾ ਕੋਕਾ ਕੋਲਾ ਹਨਾ ਤਾਂ ਤੁਹਾਡੇ ਦਿਮਾਗ 'ਚ ਇਹ ਗੱਲਾਂ ਭਾਤੀਆਂ ਤੁਹਾਡੇ ਨਿਆਣਿਆਂ ਨੂੰ ਇਹ ਗੱਲਾਂ ਤੁਹਾਡੇ ਜਦ ਕਿ ਨਿੰਬੂ ਪਾਣੀ ਤੋਂ ਉੱਤੇ ਕੋਈ ਚੀਜ਼ ਹੀ ਹੈ ਨਹੀਂ ਜੀ ਜੇ ਗਰਮੀਆਂ ਚ ਪੀਣਾ ਹੋਵੇ ਤਾਂ ਨਿੰਬੂ ਪਾਣੀ ਘਰੇ ਬਣਾਓ ਨਾਲੇ ਸਸਤਾ ਨਾਲੇ ਲੱਸੀ ਪੀ ਸਕਦੇ ਹੋ ਲੱਸੀ ਪੀ ਲੋ ਹਨਾ ਲੱਸੀ ਪੀ ਲੋ ਤਾਂ ਤੁਸੀਂ ਹਰ ਇੱਕ ਐਡਵਰਟ ਉਵੇਂ ਹੀ ਇਹ ਪਤੰਜਲੀ ਨੇ ਐਡਵਰਟਾਈਜ਼ਮੈਂਟ ਦੇ ਵਰਲਡ ਨੂੰ ਇੰਨਾ ਕੰਟਰੋਲ ਕਰ ਲਿਆ ਫਿਰ ਅੱਜ ਮੈਨੂੰ ਜਦੋਂ ਮੈਂ ਇਹ ਇਹਦੇ ਬਾਰੇ ਰੀਡ ਕਰ ਰਿਹਾ ਸੀਗਾ ਤੇ ਮੈਂ ਕਿਸੇ ਨੂੰ ਫੋਨ ਵੀ ਕੀਤਾ ਕਾਨੂੰਨਨ ਪੱਖ ਜਾਣਨ ਤੇ ਵੀ ਪਤੰਜਲੀ ਕਿੱਥੇ ਖੜਾ ਹੈ ਉਹ ਕਹਿੰਦਾ ਯਾਰ ਕੋਈ মিডিਆ ਲਾਉਂਦਾ ਤਾਂ ਹੈ ਨਹੀਂ ਤੁਸੀਂ કરી ਜਾਂਦੇ ਉਹ মিডিਆ ਕਿਵੇਂ ਲਾਵੇ ਉਹ ਹੂੰ ਜਿਹੜਾ ਨੈਸ਼ਨਲ মিডিਆ ਚੱਲ ਰਿਹਾ ਸਾਰੀ ਉਹ ਐਡ ਜਿਹਦਾ ਰੌਲਾ ਹੈ ਵੀ ਇਹ ਐਡ ਗਲਤ ਚਲਾਈ ਜਾਂਦੇ ਆ ਤੇ ਉਹ ਐਡ ਚੱਲਦੀ ਉੱਥੇ ਉਹ ਚਲਾਈ ਤਾਂ ਉੱਥੇ ਜਾਂਦੇ ਆ ਹੁਣ ਜਿਹਨੂੰ RAMDEV ਮਹੀਨੇ ਦਾ 10 ਕਰੋੜ ਦੇਈ ਜਾਂਦਾ ਕੋ ਕੰ ਬੋਲੂਗਾ ਉਹ ਕਿਵੇਂ ਕਹਿ ਦੂਗਾ ਵੀ RAMDEV ਦੀ ਐਡ ਗਲਤ ਹੈ ਉਹ ਤਾਂ ਫਿਰ ਖਬਰ ਉਹ ਦੱਬ ਜੂਗੀ ਚੁੱਪ ਹੋ ਜੂਗਾ ਉਹ ਹੂੰ ਉਹ ਕਿਵੇਂ ਕਹਿ ਦੂਗਾ ਵੀ ਭਾਈ ਨਹੀਂ ਇਹ ਇਹ RAMDEV ਦਾ ਪ੍ਰੋਡਕਟ ਨਾ ਵਰਤੋ ਹੂੰ ਹੁਣੋ 10 ਕਰੋੜ ਮਹੀਨੇ ਦਾ 100 ਕਰੋੜ ਦੀ ਬਿਲਿੰਗ ਇੱਕ ਇੱਕ ਚੈਨਲ ਨੂੰ ਜਾਈ ਜਾਂਦੀ ਹੈ ਦੇਸ਼ ਦੀ ਸਭ ਤੋਂ ਫਾਸਟੈਸਟ ਗਰੋਇੰਗ ਪਿੱਛੇ ਜੇ ਜਿਹੜੀ ਇਹ ਕੰਪਨੀ ਇਹਨਾਂ ਦੀ ਬਣ ਗਈ ਸੀ ਉਹ ਜਿਹੜਾ ਇਹਨਾਂ ਦਾ ਦੂਜਾ ਬਾਬਾ ਹੈ ਜਿਹੜਾ ਸੀਈਓ ਹੈ ਮੈਂ ਤੁਸੀਂ ਦੇਖੋ ਕਿਵੇਂ ਤਾਂ ਇਹ ਵਿਦੇਸ਼ ਦੇਸੀ ਦੇ ਨਾਂ ਤੇ ਵੀ ਇਹ ਮੁਲਕ ਦੀ ਹੈ ਫਿਰ ਇਹ ਇਹ ਕਹਿੰਦੇ ਜੇ ਮੁਲਕ ਦੀ ਹੈ ਤਾਂ ਘਰੇ ਸੇਵੀਆਂ ਵਟ ਕੇ ਖਾਓ ਉਹ ਹੈ ਮੁਲਕ ਦੀ ਤਾਂ ਹੂੰ ਫਿਰ ਤੁਹਾਨੂੰ ਜਿਹੜਾ ਚੀਜ਼ ਪ੍ਰੋਡਕਟ ਦੇ ਤੌਰ ਤੇ ਮਾਰਕੀਟ 'ਚ ਆ ਗਈ ਔਰ ਅੱਜ ਤੁਸੀਂ ਇੱਕ ਪ੍ਰੋਡਕਟ ਲਾਂਚ ਕਰਨਾ ਹੈ ਨਾ ਭਗਤਾ ਜੀ ਜੀ ਆਮ ਬੰਦੇ ਦੀ ਤਾਂ ਔਕਾਤ ਹੀ ਹੈ ਨਹੀਂ ਉਹ ਮਾਰਕੀਟ ਚ ਲੈ ਜਾਏ ਇੱਕ ਸ਼ਹਿਰ ਦੇ ਉਧਾਰ ਦਾ ਕੰਮ ਹੈ ਮੰਨ ਲਓ ਹੂੰ ਇਹ ਕਿਹੜਾ ਵੱਡੀ ਕੰਪਨੀ ਹੈ ਜਿਹੜੀ ਲਾਂਚ ਹੋ ਗਈ ਉਹਨੇ ਮਾਲ ਸਿੱਟਣਾ ਤੁਹਾਡੇ ਆਪਣੇ ਆਂਢ ਗੁਆਢ ਦੋ ਸਟੋਰ ਨੇ ਇੱਕ ਇਧਰ ਇੱਕ ਇਧਰ ਹੈਗੇ ਨਾ ਹੂੰ ਕੱਲੇ ਇਹਨੂੰ ਗੋ ਮੈਂ ਦੇਸੀ ਕਿਉਂ ਲਾਂਚ ਕੀਤਾ ਬਈ 600 ਰੁਪਏ ਦਾ ਇੱਕ ਡੱਬਾ ਹੂੰ 10-10 ਡੱਬੇ ਦਾ ਇੱਕ ਤੇ ਰੱਖੋਗੇ ਜੀ ਵੇਚਣ ਵਾਸਤੇ 6000 ਦਾ ਇੱਧਰ ਰੱਖਿਆ 6000 ਦੇ ਇੱਧਰ ਰੱਖਿਆ 12000 ਦਾ ਤਾਂ ਮਾਲ ਤੁਹਾਡੇ ਅਣਗੁਆਢ ਚ ਹੀ ਚਲਾ ਗਿਆ ਤੇ ਇਸ ਲਾਈਨ ਚ ਹੋਟਲ ਇਕਬਾਲ ਦੇਨ ਤਾਈ 10 ਹੈ ਸੁਪਰਸਟੋਰ ਹੂੰ ਡੂੜ ਲੱਖ ਦਾ ਮਾਲ ਕੱਲਾ ਇੱਕ ਲਾਈਨ ਚ ਚਲਾ ਗਿਆ ਤੇ ਇਕੱਲੇ ਪਟਿਆਲੇ ਸ਼ਹਿਰ ਚ ਦੱਸੋ ਕਿੰਨੇ ਦਾ ਦੇ ਦਿਓਗੇ ਹੂੰ ਫਿਰ ਪੰਜਾਬ ਚ ਕਿੰਨੇ ਦਾ ਜਾਊਗਾ ਜੀ ਫਿਰ ਨਾਰਥ ਇੰਡੀਆ ਫਿਰ ਪੂਰਾ ਇੰਡੀਆ ਤੁਸੀਂ ਕੰਟਰੋਲ ਕਰਨਾ ਹੈ ਹੂੰ ਕਰ ਹੀ ਨਹੀਂ ਸਕਦੇ ਕੰਮ ਤੁਸੀਂ ਜੀ ਮੇਰੇ ਕੋ ਮਿੱਤਰ ਸੀ ਉਹਨਾਂ ਨੇ ਚੌਲਾਂ ਦਾ ਕੰਮ ਕੀਤਾ ਸੀ ਉਹ ਵਿਚਾਰੇ ਪਲਟਾ ਖਾ ਗਏ ਇਸ ਕੰਮ ਦੇ ਵਿੱਚ ਹੀ ਬ੍ਰਾਂਡਾਂ ਨਾਲ ਕਿਵੇਂ ਲੜਿਆ ਜਾਵੇ ਉਹੀ ਉਵੇਂ ਹੁਣ ਦੋਨੋਂ ਜਿਵੇਂ ਆਪਾਂ ਹਨੀ ਦੀ ਗੱਲ ਕਰ ਸਾਹਿਦ ਦੀ ਗੱਲ ਕਰਦੇ ਇੰਨਾ ਆਉਦਾ ਕਿੱਥੋਂ ਇਹਨਾਂ ਕੋਲੇ ਅਕਸਰ ਪੁੱਛਦੇ ਸਭ ਤੋਂ ਮਹਿੰਗਾ ਬ੍ਰਾਂਡ ਹੈ ਇੱਕ ਹਨੀ ਦਾ ਜਿਹੜਾ ਕਹਿ ਕੇ ਪ੍ਰਚਾਰਿਆ ਜਾਂਦਾ ਹੈ ਵੀ ਸਭ ਤੋਂ ਵਧੀਆ ਬ੍ਰਾਂਡ ਹੈ ਟੈਸਟ ਕਰਾ ਲਓ ਖੰਡ ਹੈ ਉਹਦੇ ਵਿੱਚ ਜੀ ਮੈਂ ਨਾ ਹੁਣ ਆਪਾਂ ਕਿਉਂਕਿ ਫਿਰ ਡੈਫੇਮੇਸ਼ਨ ਵਾਲੇ ਪੰਗਿਆਂ 'ਚ ਪੈਂਦੇ ਫਿਰਾਂਗੇ ਟੈਸਟ ਕਰਾ ਲਓ ਉਹਦੇ ਵਿੱਚ ਖੰਡ ਹੈ ਜਿਹੜਾ ਸਭ ਤੋਂ ਵੱਧ ਤੁਹਾਡੀ ਰਸੋਈ ਚ ਉਹੀ ਬ੍ਰਾਂਡ ਤੁਰਿਆ ਫਿਰਦਾ ਹੂੰ ਜੰਮ ਜਾਂਦਾ ਹੁਣ ਖੰਡ ਪਠੰਡਾ ਦੇ ਨਾਲ ਦੇਖ ਲਿਓ ਸ਼ਾਇਦ ਦੀ ਇੱਕੋ ਕੁਆਲਿਟੀ ਹੈ ਜੰਮਦਾ ਨਹੀਂ ਹੂੰ ਜੰਮ ਜੂਗਾ ਉਹ ਦੇਖ ਲਿਓ ਅਮਰੀਕਾ ਤੋਂ ਇੱਕ ਆਉਂਦਾ ਫਰੇਵਰ ਵਾਲਾ ਲੋਕ ਕਹਿੰਦੇ ਉਹ ਜੰਮਦਾ ਨਹੀਂ ਉਹ ਹੋਰ ਮਹਿੰਗਾ ਹੈ ਅੱਛਾ ਮੈਂ ਇਹ ਗੱਲ ਕਹਿ ਰਿਹਾ ਕੱਲਾ ਇਹ ਪ੍ਰੋਡਕਟ ਨਹੀਂ ਤੁਹਾਡੀ ਜ਼ਿੰਦਗੀ ਚ ਵਰਤੀ ਜਾਣ ਵਾਲੀ ਹਰ ਚੀਜ਼ ਜਿਹੜੀ ਡਾਇਰੈਕਟਲੀ ਔਰ ਡਾਇਰੈਕਟਲੀ ਤੁਸੀਂ ਟੀਵੀ ਤੋਂ ਦੇਖ ਕੇ ਘਰੇ ਲੈ ਕੇ ਆ ਰਹੇ ਹੋ ਤੁਸੀਂ ਲੈਣ ਗਏ ਸੀ ਪੇਸਟ ਤੁਹਾਨੂੰ 18 ਰੁਪਏ ਦੀ ਵੀ ਪੇਸਟ ਅਵੇਲੇਬਲ ਸੀਗੀ ਹੂੰ ਤੁਸੀਂ 30% ਦੇਖ ਕੇ ਫ੍ਰੀ ਵਾਲਾ ਦੇਖ ਕੇ ਪਲੱਸ ਇੱਕ ਬੁਰਸ਼ ਨਾਲ ਫ੍ਰੀ ਹੈ ਤੁਸੀਂ ਚੱਕ ਲਿਆ ਨਾ 90 ਵਾਲਾ ਹੂੰ ਜਦ ਕਿ ਤੁਹਾਨੂੰ ਉਹਦੀ ਲੋੜ ਹੀ ਨਹੀਂ ਸੀਗੀ ਉਹਨੇ ਉਸ 30% ਦੇ ਤੇ ਬਰਸ਼ ਦੇ ਪੈਸੇ ਵਸੂਲੇ ਆ ਤੁਹਾਡੇ ਤੋਂ ਹੂੰ ਤੁਹਾਨੂੰ ਤੁਸੀਂ ਅੱਛਾ ਸਭ ਤੋਂ ਵੱਡਾ ਧੋਖਾ ਹੋ ਰਿਹਾ ਜਦੋਂ ਤੁਸੀਂ ਸੁਪਰ ਸਟੋਰਾਂ ਤੇ ਜਾ ਰਹੇ ਹਾਂ ਜਿੱਥੇ ਟੋਕਰੀ ਲੈ ਕੇ ਹਾਂ ਵਿਦੇਸ਼ਾਂ ਵਾਲਾ ਕੰਮ ਮੈਂ ਇੱਕ ਚੀਜ਼ ਗਿਆ ਬੰਦਾ 50 ਚੱਕ ਲਿਆ ਤੁਸੀਂ ਮੱਲੋ ਮੱਲੀ ਚੱਕੋਗੇ ਸਭ ਤੋਂ ਵੱਧ ਚੀਜ਼ ਉਹਨਾਂ ਦੇ ਕਾਊਂਟਰ ਦੇ ਨੇੜੇ ਜਿਹੜੀ ਪਈ ਹੈ ਉਹ ਵਿਕਰੀ ਹੈ ਅੱਜਕੱਲ ਹੂੰ ਚਾਕਲੇਟ ਰੱਖਣਗੇ ਉੱਥੇ ਉਹ ਹੂੰ ਉੱਥੇ ਆ ਰੱਖਣਗੇ ਚਿਊਂਗਮਸ ਜੀ ਮਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀ ਸਸਤੀ ਵੀ ਹੈ ਤੇ ਉਹ ਵੀ ਹੈ ਸੋ ਖੈਰ ਵਾਪਸ ਹੋਣਾ ਰਾਮ ਰਹੀਮ ਵਾਲੇ ਮੁੱਦੇ ਤੇ ਆ ਰਾਮੇ ਨੂੰ ਦੇਖੋ ਕਿੰਨਾ ਮੇਰਾ ਪਿਆਰ ਹੈ ਵਾਰ-ਵਾਰ ਮੇਰੇ ਮੂੰਹ ਚ ਰਾਮ ਰਹੀਮ ਨਿਕਲ ਰਿਹਾ ਹੈ ਰਾਮਦੇਵ ਵਾਲੇ ইস্যੂ ਦੇ ਉੱਤੇ ਅੰਨੇ ਭਗਤ ਨਾ ਬਣੋ ਜੀ ਜੇ ਲੋੜ ਹੈ ਜਿਹੜੀ ਚੀਜ਼ ਦੀ ਔਰ ਇਸ ਮਿਸਲੀਡਿੰਗ ਐਡਵਰਟਾਈਜ਼ਮੈਂਟਸ ਚ ਨਾ ਪੋ ਐਲੋ ਪੈਥੀ ਜਿਹੜੀ ਹੈ ਉਹ ਬੜੇ ਵੱਡੇ ਪੱਧਰ ਤੇ ਉੱਤੇ ਇੱਕ ਰੈਵੋਲੂਸ਼ਨ ਲੈ ਕੇ ਮੈਡੀਕਲ ਲਾਈਨ ਜਿਹੜੀ ਆਈ ਹੈ ਇਸ ਚ ਕੋਈ ਦੋਰਾਈ ਨਹੀਂ ਕਿ ਇਹ ਵੀ ਲੁੱਟਦੇ ਆ ਤੁਹਾਨੂੰ ਟਿਕਾ ਕੇ ਲੁੱਟਦੇ ਆ ਜਿਹੜੀ ਇਹ ਲਾਈਨ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਸਾਡੀ ਫੀਲਡ ਚ ਵੀ ਕਿੰਨਾ ਬੁਰਾ ਹਾਲ ਹੋਇਆ ਪਿਆ ਪ੍ਰਾਈਵੇਟ ਹਸਪਤਾਲ ਥੋੜੀ ਛਿੱਲ ਲਾਉਂਦੇ ਆ ਦਵਾਈਆਂ ਚ ਤਾਂ ਪੁੱਛੋ ਹੀ ਨਾ ਇੱਕ ਮੈਨੂੰ ਕੱਲ ਮੇਰੇ ਕੋਈ ਰਿਸ਼ਤੇਦਾਰ ਘਰੇ ਬੈਠੇ ਉਹ ਗੋਲੀ ਲੈਂਦੇ ਇੱਕ ਉਹ ਕਹਿੰਦੇ ਮੈਂ ਬਲੱਡ ਪ੍ਰੈਸ਼ਰ ਦੀ ਗੋਲੀ ਭੁੱਲਿਆ ਆ ਆਪਦੀ ਹਮ ਹੁਣ ਉਹ ਬੀਪੀ ਦੀ ਗੋਲੀ ਜਿਹੜਾ ਰੋਜ਼ ਲੈਂਦਾ ਉਹ ਲੈਂਦਾ ਹੀ ਲੈਂਦਾ ਜੀ ਉਹ ਕਹਿੰਦੇ ਯਾਰ ਇੱਥੋਂ ਪਤਾ ਆਪਣੇ ਇੱਥੇ ਨਾ ਗਵਾਂਡ ਚ ਉਹ ਹੈਗਾ ਸਟੋਰ ਕੋਈ ਨਹੀਂ ਨਹੀਂ ਆਪਣੇ ਨਾਲ ਉਹ ਜਨਰਿਕ ਦਵਾਈਆਂ ਵਾਲਾ ਸਟੋਰ ਹੈ ਇੱਥੇ ਆਹ ਲੱਗੀ ਆਪਣੇ ਹੈਗਾ ਹੈਗਾ ਨਾ ਜੀ ਜੀ ਉਹ ਮੈਂ ਭੇਜਤਾ ਮੁੰਡੇ ਨੂੰ ਮੈਂ ਕਿਹਾ ਜਾ ਬੇਟਾ ਫੜ ਲਿਆ ਉੱਥੋਂ ਜਾ ਕੇ ਦਵਾਈ ਉਹ ਕਹਿੰਦਾ ਜੀ ਵੀ ਉਹ ਮੁੰਡਾ ਕਹਿੰਦਾ ਵੀ ਜਿਹੜਾ ਇਹ ਬ੍ਰਾਂਡ ਲੈਂਦੇ ਆ ਉਹ ਤਾਂ ਹੈ ਨਹੀਂਗਾ ਪੱਤਾ ਦੂਜਾ ਦੇ ਦੇ ਹੂੰ ਵੀ ਜਿਹੜਾ ਸਾਡੇ ਕੋਲੇ ਹੁੰਦਾ ਉਹ ਮੈਂ ਪੁੱਛਿਆ ਡਾਕਟਰ ਕਹਿੰਦਾ ਯਾਰ ਸਾਲਟ ਸੇਮ ਹੈ ਲੈ ਲਓ ਕੋਈ ਗੱਲ ਨਹੀਂ ਜੀ ਉਹ 18 ਰੁਪਿਆ ਦਾ ਪੱਤਾ ਆਇਆ ਜਿਹੜਾ ਉਹਨਾਂ ਨੇ ਲਿਆ ਜਿਹੜਾ ਉਹ ਮੇਰੇ ਰਿਸ਼ਤੇਦਾਰ ਉਹ ਲਵੇ ਨਾ ਦਵਾਈ ਵੀ ਸਸਤਾ ਨਹੀਂ ਉਹ ਕਹਿੰਦਾ ਇਹ ਨਕਲੀ ਐ ਮੈਂ ਕਿਵੇਂ ਕਹਿੰਦਾ ਮੈਂ 130 ਦਾ ਪੱਤਾ ਲੈਣਾ ਇਹ 18 ਚ ਦੇਈ ਜਾਂਦੇ 18 ਰੁਪਏ ਚ ਕਿਵੇਂ ਦੇਈ ਜਾਂਦਾ ਮੈਂ ਫੇਰ ਡਾਕਟਰ ਨੂੰ ਫੋਨ ਮਾਰਿਆ ਜਿਹੜਾ ਮੇਰਾ ਮਿੱਤਰ ਸੀ ਮੈਂ ਕਹਿੰਦਾ ਆਹ ਮਸਲਾ ਹੈ ਉਹ ਹੱਸਣ ਲੱਗ ਗਿਆ ਕਹਿੰਦਾ ਤੂੰ ਉਹੀ ਸਿੰਪਲਾ ਚ ਲੈ ਲੈ ਉਹ ਇੰਨੇ ਦਾ ਫਲਾਨੀ ਕੰਪਨੀ ਚ ਲੈ ਲੈ ਇੰਨੇ ਦਾ ਇਹ ਜਨਰਿਕ ਐ ਇੰਨੇ ਦਾ ਹੀ ਐ 18 ਦਾ ਹੀ ਐ ਇਹ ਹੂੰ ਸਾਲਟ ਸੇਮ ਐ ਕੋਈ ਦਿੱਕਤ ਵਾਲੀ ਗੱਲ ਨਹੀਂ ਲੈ ਲੈ ਜੀ ਫਰਕ ਦੇਖੋ ਤੁਸੀਂ ਕਿੰਨਾ ਵੱਡਾ ਮਾਨਸਿਕਤਾ ਬਣ ਗਈ ਨਾ ਬੰਦਿਆਂ ਦੀ ਮਾਨਸਿਕਤਾ ਵੀ ਬਣ ਗਈ ਇਹ ਵੀ ਗੱਲ ਐ ਸੋ ਏ ਮਸਲਾ RAMDEEP ਦਾ ਜਿਹੜਾ ਇਹ ਕਿੱਥੇ ਲੜਾਈ ਖੜੀ ਹੈ ਤੁਸੀਂ ਜਾਣਦੇ ਹੋ ਪਰ ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਇਹਦੇ ਨਾਲ-ਨਾਲ ਐਡਵਰਟਾਈਜ਼ਮੈਂਟ ਦੀ ਦੁਨੀਆ ਦੇ ਪ੍ਰਭਾਵ ਤੋਂ ਬਚ ਕੇ ਜਿੰਨੀ ਲੋੜ ਹੈ ਚੀਜ਼ ਓਨੀ ਜੇ ਔਰ ਖਾਸ ਤੌਰ ਤੇ ਜਿਹੜੀਆਂ ਦਵਾਈਆਂ ਨੇ ਉਹਦੇ ਚ ਆਪਦਾ ਦਿਮਾਗ ਵਰਤੋ ਜਿਹੜੇ ਡਾਕਟਰਸ ਨੇ ਉਹਨਾਂ ਦੀ ਰਿਸਪੈਕਟ ਕਰੋ ਇਸ ਕੰਮ 'ਚ ਨਾ ਪੋ ਵੀ ਤੁਸੀਂ ਛੱਡ ਦਿਓ ਮੈਂ ਅਸੀਂ ਤੁਹਾਨੂੰ ਡਾਕਟਰ ਦੇ ਜਾਣਾ ਛੱਡਾ ਦੇਾਂਗੇ ਕੋਈ ਕਹਿੰਦਾ ਮੈਂ ਕੈਂਸਰ ਠੀਕ ਕਰ ਦੂੰਗਾ ਹੂੰ ਦਵਾਈ ਤਾਂ ਲੈਣੀ ਹੀ ਪੈਣੀ ਹੈ ਔਰ ਨੋ ਡਾਊਟ ਸਾਨੂੰ ਸਾਨੂੰ ਛਿੱਲ ਲਾਈ ਜਾਂਦੀ ਹੈ ਸਾਡਾ ਬਹੁਤ ਹਿੱਸਾ ਵੱਡਾ ਜਿਹੜਾ ਆਰਥਿਕ ਦਾ ਇਹਦੇ ਚਲਾ ਜਾਂਦਾ ਪਰ ਇਹ ਇਹਦੇ ਤੋਂ ਬਚੋ ਜੀ